हाँ जी, की हाल चाल है जी सारा का। मैं ताड़ा अपना मोहित, एक बार फिर तो वेलकम है ताड़ा मेरे नवे ब्लॉग दे विच। सो अज आप पहुँचे हाँ बठिंडे फिल्म सिटी दे विच, ते आ देख रहे हो तुसीं मेरे पिछे लोकेशन रंग बिरंगियां जी, क्योंकि इत्थे आउण दा मकसद हैगा है मेरी सिस्टर दी प्री वैडिंग शूट करना है। नैक्सट मंथ विआह आ, ते अज प्री वैडिंग शूट करना है, ਤਾਂ ਕਰਕੇ ਦੇਖ ਰਿਹਾ ਫਿਲਮ ਸਿਟੀ ਆ। ਫਿਲਮ ਸਿਟੀ ਆ ਪਤਾ ਨਹੀਂ, ਜਿਵੇਂ ਇੱਥੇ ਪ੍ਰੀ ਵੈਡਿੰਗ ਹੋ ਗਿਆ ਜਾਂ ਕੋਈ ਵੀ ਗਾਣੇ ਦੀ ਸ਼ੂਟ, ਅਤੇ ਉਹ ਇੱਥੇ ਸਾਰਾ ਕੁਝ ਸ਼ੂਟ ਹੁੰਦਾ। ਸੋ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੀ ਇੱਥੇ ਦੀ ਫਿਲਮ ਸਿਟੀ। ਸੋ ਆਪਾਂ ਸਟਾਰਟ ਕਰਦੇ ਹਾਂ ਇੱਥੋਂ, ਦਿਖਾਉਂਦੇ ਹਾਂ ਤੁਹਾਨੂੰ। ਆਹ ਇੱਥੋਂ ਦੀ ਹੈਗੀ ਹੈ ਜੀ ਐਂਟਰੈਂਸ, ਠੀਕ ਹੈ। ਆਹ ਇੱਥੋਂ ਦੀ ਪਾਰਕਿੰਗ, ਉਹ ਆਪਣੀ ਗੱਡੀ ਖੜ੍ਹੀ, ਗੱਡੀ ਖੁੱਲ੍ਹੀ ਖੜ੍ਹੀ ਹੈ, ਦੇਖੀਏ ਕੌਣ ਹੈ ਵਿੱਚ। ਕਮਰਾ ਖੁੱਲ੍ਹਾ ਪਿਆ, ਇੱਧਰ ਬਹਿ ਜਾਓ। ਕੌਣ ਬੈਠਾ? ਕੋਈ ਨਹੀਂ ਹੈਗਾ, ਤਾਲਾ ਲਾ ਕੇ ਆਇਆ। ਕਿਉਂ? ਕੋਈ ਹੈ ਹੀ ਨਹੀਂ। ਸੋ ਇੱਧਰ ਤਾਂ ਪਾਪਾ ਸੁੱਤੇ ਪਏ ਨੇ ਗੱਡੀ 'ਚ, ਹੁਣ ਆਪਾਂ ਦੇਖਦੇ ਹਾਂ ਘੁੰਮਣੇ ਇੱਥੇ ਕੀ ਕੁਛ ਹੈਗਾ। ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਿੱਥੇ ਉਹਨਾਂ ਦਾ ਸ਼ੂਟ ਹੋ ਰਿਹਾ, ਉਹ ਦਿਖਾਉਂਦੇ ਹਾਂ। ਇਹ ਇੱਥੋਂ ਦੀ ਆਦਤ ਨੇ, ਆਹ ਲੋਕੇਸ਼ਨ ਹੈ, ਉਹ ਉੱਧਰ ਬਹੁਤ ਹੀ ਅੰਦਰੋਂ ਵੀ ਸਹੀ ਬਣੀ ਹੋਈ ਆ, ਵਧੀਆ ਅੰਦਰ ਦਿਖਾਉਂਦੇ ਹੁਣ ਤੁਹਾਨੂੰ। ਆਹ ਕੰਟੀਨ ਹੈ ਇੱਥੇ ਖਾਣ ਪੀਣ ਵਾਲਾ। ਸੋ ਇਹ ਹੈਗੀ ਹੈ ਮੇਨ ਮੁੱਖ, ਜਦੋਂ ਆਪਾਂ ਬਠਿੰਡੇ ਤੋਂ ਜਲਾਲਾਬਾਦ ਵਾਲੇ ਰੋਡ 'ਤੇ ਜਾਂਦੇ ਹਾਂ, ਉਸ ਰੋਡ 'ਤੇ ਆ ਇਹ। ਸੋ ਆਹ ਇਹਦਾ ਅੰਦਰਲਾ, ਦੇਖੋ ਇੱਥੇ ਜਿਵੇਂ ਆਹ ਕਸੀਨੋ ਟਾਈਪ ਬਣਿਆ ਹੋਇਆ ਇੱਧਰ, ਇਹ ਚੀਜ਼ਾਂ ਆਹ ਬੋਤਲਾਂ ਜੀ ਵਾਲਾ ਬਣਿਆ ਹੋਇਆ, ਬਾਰ ਵਗੈਰਾ ਸਾਰਾ ਇਹ ਟੈਂਪਰੇਰੀ ਹੈ, ਕੋਈ ਇੱਥੇ ਉਹ ਫਿਕਸ ਨਹੀਂ ਹੈਗਾ। ਜਿਵੇਂ ਇੱਥੇ ਆਹ ਕਿਤਾਬਾਂ ਜੀ ਵਾਲਾ, ਕੋਈ ਵੀ ਸ਼ੂਟ ਸ਼ੂਟ ਕਰਨਾ ਹੋਵੇ। ਇੱਧਰ ਵੀ ਬਹੁਤ ਵਧੀਆ ਵਧੀਆ ਲੋਕੇਸ਼ਨਸ ਨੇ ਇੱਥੇ। ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ, ਪਿੱਛੇ ਵੱਖ ਵੇਖਦੇ ਹਾਂ ਇੱਧਰ ਕੀ ਆ। ਇੱਧਰ ਤਾਂ ਟੋਇਲੇਟ ਆ, ਆਹ ਬਣੀ ਹੋਈ ਆ ਲੋਕੇਸ਼ਨ ਇੱਥੇ। ਅੱਛਾ, ਜਿਵੇਂ ਉਹ ਗੱਡੀ ਵਗੈਰਾ ਵੀ ਹੈ ਨਾ ਸ਼ੂਟ ਵਾਸਤੇ। ਸੋ ਸਾਰਾ ਕੁਝ ਇੱਥੇ ਟੈਂਪਰੇਰੀ ਹੈ, ਇਹ ਪਤਾ ਨਹੀਂ ਮੈਂ ਕਿੱਥੇ ਆ ਗਿਆ ਹੁਣ, ਇਕੱਲਾ ਹੀ ਫਿਰੀ ਜਾਂਦਾ। ਇਹ ਵੇਖੋ ਇੱਦਾਂ ਦਾ ਕੁਛ, ਓ ਨਾਈਸ, ਅੱਛਾ ਹੈ, ਵੈਰੀ ਗੁੱਡ ਵੈਰੀ ਗੁੱਡ, ਵਧੀਆ ਵਧੀਆ ਹੋ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਮੇਰੇ ਘਰ ਦੇ ਗਏ ਤਾਂ ਗਏ ਕਿੱਥੇ, ਘਰਦਿਆਂ ਨੂੰ ਲੱਭਦੇ ਆ। ਚਲੋ ਲੱਭੀਏ ਉਹਨਾਂ ਨੂੰ ਕਿੱਥੇ ਸ਼ੂਟ ਹੋ ਰਿਹਾ, ਉਹ ਦਿਖਾਈਏ ਤੁਹਾਨੂੰ ਮਾੜਾ ਜਿਹਾ। ਆਹ ਦੇਖੋ ਗਾਣਿਆਂ 'ਚ, ਮੈਂ ਪਤਾ ਨਹੀਂ ਕਿਹੜੇ ਗਾਣੇ 'ਚ ਵੇਖਿਆ ਇਹ ਸੀਨ ਤਾਂ। ਵੋਰਾ ਵੋਰਾ ਵੋਰੇ ਵੋਰੇ, ਆਹ ਪਿੰਡ ਆ ਗਿਆ, ਆ ਸਾਰਾ ਪਿੰਡ ਵਾਲਾ ਸਿਸਟਮ ਹੈ ਇੱਥੇ। ਉਹ ਨਾ ਖਾ ਜੀ ਭਰਾਵਾ, ਤੂੰ ਮੈਨੂੰ ਪਹਿਲਾਂ ਹੀ ਮੇਰੇ ਟੀਕੇ ਲੱਗੇ ਹੋਏ ਨੇ ਕੁੱਤਿਆਂ ਵਾਲੇ। ਉਹ ਵੇਖੋ ਸ਼ੂਟ ਚੱਲ ਰਿਹਾ ਇਹਨਾਂ ਦਾ। ਕਰੋ ਸ਼ੂਟ ਜੀ। ਸੋ ਬਾਹਰ ਤਾਂ ਉਹਨਾਂ ਦਾ ਚੱਲ ਰਿਹਾ ਸ਼ੂਟ, ਅਤੇ ਮੈਂ ਕਮਰੇ 'ਚ ਆ ਗਿਆ, ਕਿਉਂਕਿ ਮੈਂ ਰਾਤ ਦਾ ਸੁੱਤਾ ਨਹੀਂ ਜਮਾ ਵੀ, ਕਿਉਂਕਿ ਇੱਥੇ ਆਉਣਾ ਸੀਗਾ ਸਵੇਰੇ। ਅਸੀਂ ਰਤੀਏ ਤੋਂ ਚੱਲੇ ਸੀਗੇ 4 ਵਜੇ, ਨਹੀਂ 4 ਵਜੇ ਨਹੀਂ, 5 ਵਜੇ ਚੱਲੇ ਸੀ, ਅਤੇ ਮੈਨੂੰ ਰਾਤ ਨੂੰ ਨੀਂਦ ਆਉਂਦੀ ਨਹੀਂ ਗੀ, ਬਹੁਤ ਲੇਟ ਆਉਂਦੀ ਹੈ। ਫਿਰ ਮੈਂ ਉੱਠਿਆ 5 ਵਜੇ,
फिर चल के इतने आए, इतने ले आए। हूँ इन्हों का शूट चल रहा, नींद इन्नी आ रही है, फिर मैं सो नहीं सकता क्योंकि मुंडिया काम की होंगे रखवाली, जोड़े इन्हों का समान पे है उन्हों की रखवाली करो बह के, आता काम मिलता ना हूँ बंदा घूम सकता है, और फिर भी घूमेंगे थोड़ा जा, देखने जाके बाहर फिल्म सिटी। मैं फिल्म सिटी सुनी थी कि बॉम्बे की फिल्म सिटी है ना, हैदराबाद की, तो पहली बार देख रहा बठिंडे की फिल्म सिटी, देख दे चलो चलिए। नींद नू कर दे आपा, नींद नू मार दे गोली, आपा घूमने फिल्म सिटी। ਸੂਟ ਨਹੀਂ ਮੁੱਕਰਿਆ ਅਜੇ, ਪਹਿਲੀ ਡਰੈਸ ਹੋਈ ਹੈ ਅਤੇ ਯਾਰ ਨੂੰ ਰੱਖਣੇ ਇੱਥੇ ਮੰਜੇ 'ਤੇ ਟੌਰਾਂ ਨਾਲ। ਇਹ ਇੱਥੋਂ ਦਾ ਕੁਛ ਓਲਡ ਸਕੂਲ ਪਿੰਡ ਹੈ, ਆਹ ਵੇਖੋ। ਕੀ ਕਹਿਣਾ ਚਾਹੀਂਗੀ ਮੰਮੀ, ਮਜ਼ਾ ਆ ਰਿਹਾ ਤੈਨੂੰ? ਬਹੁਤ ਮਜ਼ਾ ਆ ਰਿਹਾ ਮੈਨੂੰ ਤਾਂ, ਕੌਫੀ ਤੇ ਕੌਫੀ ਪੀ ਰਹੀ ਹੈ, ਮਜ਼ਾ ਆ ਰਿਹਾ ਤੈਨੂੰ? ਹਾਂ ਤਾਂ ਕੰਮ ਕੀਤਾ, ਉਹ ਵੀ ਅੱਧਾ ਪੀਤਾ ਹੈ। ਹੁਣ ਦੇਖ ਲਓ, ਤੁਸੀਂ ਲੈ ਲਈ ਸੀ ਕੌਫੀ? ਹਾਂਜੀ। ਕਿੰਨੀ ਪਟਾਈ ਕਰਨੀ ਪੈਂਦੀ ਹੈ, ਹਾਂਜੀ। ਸੋ ਰਾਤ ਹੋ ਗਈ, ਸੋ ਕੇ ਉੱਠ ਗਿਆ ਮੈਂ, ਪਰ ਇਹਨਾਂ ਦਾ ਸ਼ੂਟ ਹਜੇ ਤਾਈਂ ਚੱਲ ਰਿਹਾ, ਪ੍ਰੀ ਵੈਡਿੰਗ ਹੋ ਗਈ, ਪਤਾ ਨਹੀਂ ਕਿਹੜਾ ਗਾਣਾ ਹੋ ਗਿਆ, ਹਜੇ ਤੱਕ ਸ਼ੂਟ ਚੱਲ ਰਿਹਾ ਇਹਨਾਂ ਦਾ, ਦੇਖਦੇ ਹਾਂ ਕਿੱਥੇ ਨੇ ਇਹ। ਇਹ ਜਿਹੜੀ ਫਿਲਮ ਸਿਟੀ ਹੈ ਇਹ ਹੁੰਦੀ ਹੈ ਘੱਟੋ ਘੱਟ ਵੀ 9 ਵਜੇ ਤੱਕ, 9 ਵੱਜਣ ਵਾਲੇ ਹੈ। ਉਹ ਦੇਖੋ ਇੱਧਰ ਕੋਈ ਹੋਰ ਉਹ ਹੈ ਕਪਲ, ਅਤੇ ਉੱਧਰ ਸਾਡੇ ਵਾਲੇ ਨੇ, ਐਂ ਚੱਲ ਰਿਹਾ ਇਹਨਾਂ ਦਾ ਸ਼ੂਟ। ਉਹ ਦੇਖੋ, ਚਲੋ ਯਾਰ ਮੰਮੀ ਵਲੌਗ ਹੈ। ਇੰਨੀ ਤਾਂ ਠੰਡ ਵੀ ਨਹੀਂ ਜਿੰਨੀ ਅੱਗ ਬਾਲ ਰੱਖੀ ਹੈ ਇਹਨਾਂ ਨੇ। ਇਹ ਸ਼ੂਟ ਚੱਲ ਰਿਹਾ ਇਹਨਾਂ ਦਾ, ਹੁਣ ਜੇ ਕਿਸੇ ਨੇ ਉੱਥੇ ਵਿਆਹ 'ਤੇ ਆਇਆ ਕਿਹਾ ਨਾ ਵੀ ਪ੍ਰੀ ਵੈਡਿੰਗ ਵਧੀਆ ਨਹੀਂ ਸੀ, ਚਾਂਟੇ ਬਹੁਤ ਪੈਣੇ ਉਹਨਾਂ ਦੇ। ਹਾਂਜੀ ਸਾਹਮਣੇ ਦੇਖੀਏ, ਹਾਂਜੀ ਇੱਧਰ ਦੇਖੋ ਵੀਰੇ, ਇੱਧਰ ਛੋੜ ਦਿਓ, ਬੋਡੀ ਮੂਵ ਕਰੋ, ਇੱਧਰ ਘੁੰਮ ਜਾਓ ਤੁਸੀਂ। ਵਾਹ ਜੀ ਵਾਹ, ਚਿੱਟੇ ਚੌਲ ਜਿਨ੍ਹਾਂ ਨੇ ਪੁਣ ਕੀਤੇ। ਮੈਂ ਕਿਹਾ ਕਿੱਥੋਂ ਦਾ ਇਹ ਬਾਈ? ਕਿਹੜਾ ਬਾਈ? ਹਾਂ ਇਹ ਜਿਹੜਾ ਬੋਲਦਾ ਹੋਇਆ ਮੈਂ, ਕਹਿੰਦੇ ਇੱਧਰ ਦਾ ਹੀ ਹੈ ਬਠਿੰਡੇ ਸਾਈਡ ਕੰਨੀ ਦਾ ਹੀ। ਮੈਂ ਕਿਹਾ ਸਾਡਾ ਘਰ ਬੇਟਾ ਕਹੀ ਆਉਂਦਾ ਸੀਗਾ ਵੀ ਮੰਮੀ ਆਪਾਂ ਇਹਨੂੰ ਬੁਲਾ ਲਈਏ ਨਾ ਅੰਸਰ ਵਿਆਹ 'ਚ। ਵਾਹ ਜੀ ਵਾਹ, ਚਿੱਟੇ ਚੌਲ ਜਿਨ੍ਹਾਂ ਨੇ ਪੁਣ ਕੀਤੇ। ਨਹੀਂ ਗੋਰਾ ਕੁੜੀ ਮੁੰਡੇ ਨਾਲ ਗੋਰੀ, ਕੁੜੀ ਮੁੰਡੇ ਨਾਲ ਸੋਹਣੀ ਆ, ਸੋਹਣੀ ਮੁੰਡਾ ਖੜੀ ਨਾ ਸੋਹਣਾ। ਪਤਾ ਨੀ ਕੀ ਹੋ ਜਾਂਦਾ, ਪਹਿਲਾਂ ਇੱਕ ਦੂਜੇ ਨੀ ਘੁੰਮ ਕੇ ਖੜੋ, ਨਾਲ ਖੜੋ, ਨਾਲ ਖੜੋ, ਇੱਕ ਦੂਜੇ ਦੇ ਨਾਲ ਹੋ ਜਾਓ, ਨੇੜੇ ਹੋ ਜਾਓ, ਨੇੜੇ ਹੋ ਜਾਓ। ਉੱਪਰ 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 ਕਰਕੇ ਕਲੋਜ਼ ਹੋ ਜਾਓ ਵੀਰੇ, ਕਮਰ ਤੇ ਹੱਥ ਲਾ ਉਹਨਾਂ ਦੇ, ਕਮਰ ਤੇ ਕਮਰ ਤੇ, ਤੁਸੀਂ ਸ਼ੋਲਡਰ ਤੇ ਹੱਥ ਖੋਲੋ, ਹੱਥ ਖੋਲੋ ਇਦਾਂ।
ਖੋਲੋ ਐਦਾਂ ਖੋਲੋ ਨੇੜੇ ਬੰਦੂਕ ਵਾਲੇ ਕੋਲ ਜਿਹੜੇ ਨੇੜੇ ਜਗ੍ਹਾ ਤੋਂ ਦੂਰ ਨਹੀਂ ਹੈ ਹੁਣ ਦੇਖੋ ਇੱਕ ਦੂਜੇ ਨਹੀਂ ਐਵੇਂ ਖੋਲੋ ਜਦੋਂ ਇਹ ਚੱਲ ਪਿਆ ਨਾ ਜਦੋਂ ਚੱਲ ਪਿਆ ਤੁਸੀਂ ਐਵੇਂ ਉੱਪਰੋਂ ਐਵੇਂ ਘੁਮਾਣਾ ਠੀਕ ਹੈ ਹਲੋ यार तेनू खांदी है लाइट ना दे यार चलो भी एक्शन वेट अमन फोकसिंग करा दे पासे कर ले एक्शन 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 तेरे पासे कर ला बटन चलो तेरा नप्पी जंगा हलाइए हल्ले नहीं 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 हलाउने नहीं बस सिंपल बा ऊपर चक लो ना थोड़ी जी कमर पे हाथ पावरे एक कमर पे चलो पैकअप बाय बाय फिल्म सिटी हाउ इज योर फील गुड वेरी गुड साडी तकियां करा दी हैं गुड डे कपड़े बदल बेटा फटाफट जुड़े जाने नु रहन दे खोल लो चलो चलिए चलो रेडी चाबी दो गड्डी दी फटाफट लो जी हो गई पैकिंग चलिए हुन फटाफट हां जी इसे दे नाल आपां व्लॉग नूं करदे आं एंड ये व्लॉग शायद ब्याह तों बाद आऊगा या फिर कल ही आ जाणा देखदे आं किवें कहिंदे नहीं करदे अगर पाउणा होया तां पा लांगे नहीं तां फिर देखदे आं चलो फिर मिलदे आं अगले व्लॉग तक ध्यान रखो चैनल नूं सबसक्राइब करो वीडियो नूं लाइक जिंदगी जिंदाबाद